ਦਰਸ਼ਨ ਬੁੱਟਰ ਦੀ ਇੱਕ ਨਜ਼ਮ ਹੈ ਸ਼ੀਸ਼ੇ ਦੀ ਕਿਤਾਬ ਚੋਂ, ਜਿਸ ਦੇ ਵਿੱਚ ਕਵੀ ਸ਼ੀਸ਼ੇ ਦੇ ਬਾਰੇ ਕੁਝ ਛੋਟੀਆਂ ਛੋਟੀਆਂ ਕਵਿਤਾਵਾਂ ਲਿਖਦਾ ਹੈ। ਪਹਿਲੀ ਕਵਿਤਾ ਹੈ, ਮਾਂ ਨਿਤ ਆਖਦੀ ਹੈ ਸ਼ੀਸ਼ਾ ਸਾਫ ਵੀ ਰੱਖਣਾ ਹੈ ਤੇ ਸੁਰੱਖਿਅਤ ਵੀ। ਮਾਂ ਨਿਤ ਆਖਦੀ ਹੈ ਸ਼ੀਸ਼ਾ ਸਾਫ ਵੀ ਰੱਖਣਾ ਹੈ ਤੇ ਸੁਰੱਖਿਅਤ ਵੀ। ਸੋਚਦੀ ਹਾਂ ਭਲਾ ਮਾਂ ਕਿਹੜੇ ਸ਼ੀਸ਼ੇ ਦੀ ਗੱਲ ਕਰਦੀ ਹੈ। ਸ਼ੀਸ਼ੇ ਬਾਰੇ ਦੂਸਰੀ ਕਵਿਤਾ ਵਿੱਚ ਕਵੀ ਲਿਖਦਾ ਹੈ, ਸ਼ੀਸ਼ੇ ਤੇ ਲਿਖੀਆਂ ਪਾਣੀ ਵਰਗੀਆਂ ਕਵਿਤਾਵਾਂ ਸਦੀਵੀ ਨਹੀਂ ਹੁੰਦੀਆਂ। ਸ਼ੀਸ਼ੇ ਤੇ ਲਿਖੀਆਂ ਪਾਣੀ ਵਰਗੀਆਂ ਕਵਿਤਾਵਾਂ ਸਦੀਵੀ ਨਹੀਂ ਹੁੰਦੀਆਂ। ਆ ਖੰਡਰਾਂ ਚੋਂ ਲੱਭੇ ਕਿਸੇ ਸ਼ਿਲਾ ਲੇਖ ਦੇ ਰੂਬਰੂ ਹੋਈਏ। ਸ਼ੀਸ਼ੇ ਦੇ ਬਾਰੇ ਤੀਸਰੀ ਨਜ਼ਮ ਵਿੱਚ ਕਵੀ ਲਿਖਦਾ ਹੈ, ਸ਼ੀਸ਼ੇ ਵਿੱਚ ਚਿੜੀ ਆਪਣੇ ਹੀ ਅਕਸ ਨਾਲ ਲੜਦੀ ਹੈ। ਸ਼ੀਸ਼ੇ ਵਿੱਚ ਚਿੜੀ ਆਪਣੇ ਹੀ ਅਕਸ ਨਾਲ ਲੜਦੀ ਹੈ, ਆਪਣੀ ਚੁੰਝ ਲਹੂ ਲੁਹਾਨ ਕਰ ਲੈਂਦੀ ਹੈ ਚੁੰਝਾਂ ਮਾਰਨ ਨਾਲ। ਭਲਾ ਸ਼ੀਸ਼ੇ ਦਾ ਕੀ ਵਿਗੜਦਾ ਹੈ। ਇੱਕ ਹੋਰ ਕਵਿਤਾ ਵਿੱਚ ਕਵੀ ਸ਼ੀਸ਼ੇ ਬਾਰੇ ਲਿਖਦਾ ਹੈ, ਸੌਖਾ ਤਾਂ ਨਹੀਂ ਨਾਜ਼ਕ ਪੋਟਿਆਂ ਨਾਲ ਸੜਕਾਂ ਤੋਂ ਉਮਰ ਭਰ ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ। ਸੌਖਾ ਤਾਂ ਨਹੀਂ ਨਾਜ਼ੁਕ ਪੋਟਿਆਂ ਨਾਲ ਸੜਕਾਂ ਤੋਂ ਉਮਰ ਭਰ ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ, ਫਿਰ ਵੀ ਤੂੰ ਮੈਨੂੰ ਇਕੱਠਾ ਕਰ ਲੈ, ਤੂੰ ਮੈਨੂੰ ਇਕੱਠਾ ਕਰ ਲੈ। ਤੇ ਇੱਕ ਹੋਰ ਕਵਿਤਾ ਵਿੱਚ ਕਵੀ ਲਿਖਦਾ ਹੈ, ਆ ਉਦਾਸੇ ਸ਼ਹਿਰ ਦੇ ਉਹਨਾਂ ਲੋਕਾਂ ਦੀ ਵੀ ਗੱਲ ਕਰੀਏ। ਆ ਉਦਾਸੇ ਸ਼ਹਿਰ ਦੇ ਉਹਨਾਂ ਲੋਕਾਂ ਦੀ ਵੀ ਗੱਲ ਕਰੀਏ ਜਿਨ੍ਹਾਂ ਕੋਲ ਸ਼ੀਸ਼ਾ ਤਾਂ ਹੈ, ਨਜ਼ਰ ਨਹੀਂ, ਪੈਰ ਤਾਂ ਹਨ ਪੈੜਾਂ ਨਹੀਂ, ਪੈਰ ਤਾਂ ਹਨ ਪੈੜਾਂ ਨਹੀਂ।